ਸਪੈਸ਼ਲ ਟਾਸਕ ਫੋਰਸ ਨੇ ਦੋ ਅਲੱਗ ਅਲੱਗ ਮਾਮਲਿਆਂ 'ਚ 500 ਗ੍ਰਾਮ ਹੈਰੋਇਨ ਸਮੇਤ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ। AIG STF ਸੰਦੀਪ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਹਰਦੀਪ ਸਿੰਘ ਉਰਫ ਸਿੱਧੂ ਪਿੰਡ ਜਸਪਾਲ ਬਾਂਗੜ ਲੁਧਿਆਣਾ ਮੋੜ ਚੱਕੀ ਗਿਆਸਪੁਰਾ ਤੋਂ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 460 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਆਰੋਪੀ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਦੂਜੇ ਮਾਮਲੇ ਵਿੱਚ ਅਮਰਿੰਦਰ ਸਿੰਘ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ ਹੈ ਜੋ ਗਿਆਸਪੁਰਾ 'ਚ ਮੈਡੀਕਲ ਸਟੋਰ ਚਲਾਉਂਦਾ ਹੈ। ਆਰੋਪੀ ਤੋਂ 40 ਗ੍ਰਾਮ ਹੈਰੋਇਨ ਸਮੇਤ ਨਸ਼ੀਲੀ ਗੋਲੀਆਂ, ਕੈਪਸੂਲ, ਸਿਰਿੰਜ ਬਰਾਮਦ ਹੋਏ। ਆਰੋਪੀ ਸਿਰਿੰਜ ਵਿੱਚ ਹੈਰੋਇਨ ਦਾ ਲਿਕੁਇਡ ਪਾ ਕੇ ਵੇਚਦਾ ਸੀ। ਦੋ ਕੇਸਿਸ ਟ੍ਰੇਸ ਕੀ ਹੈ NDPS ਕੇ ਤਹਿਤ ਔਰ FIR STF ਯੂਨਿਟ ਮੋਹਾਲੀ ਪੁਲਿਸ ਸਟੇਸ਼ਨ ਮੇ ਹਮਨੇ ਇਸਕੋ ਰਜਿਸਟਰ ਕਰਵਾਇਆ 19 ਨੰਬਰ ਔਰ 20 ਨੰਬਰ FIR। ਇਹ ਕੇਸ ਮੇ ਹਮਨੇ 460 ਗ੍ਰਾਮ 460 ਗ੍ਰਾਮ ਹੈਰੋਇਨ ਬਰਾਮਦ ਕੀ ਹੈ ਜੋ ਬੜੇ ਲਾਰਜ ਸਕੇਲ ਪੇ ਯੇ ਵਿਅਕਤੀ ਜੋ ਹੈ ਸਪਲਾਈ ਕਰ ਰਹਾ ਥਾ ਔਰ ਕਾਫੀ ਨਟੋਰੀਅਸ ਆਦਮੀ ਥਾ। ਵੀ ਵਰ ਆਫਟਰ ਹਿਮ ਫੋਰ ਲੌਂਗ ਪੀਰੀਅਡ ਔਰ ਕੱਲ ਹਮਕੋ ਇਸਮੇ ਕਾਮਯਾਬੀ ਮਿਲੀ ਹੈ ਔਰ ਇਸੇ ਲਈ ਇੱਕ ਅੱਛਾ ਨੈਟਵਰਕ ਬ੍ਰੇਕ ਹੁਆ ਜੋ ਸਪਲਾਈ ਲੇਨ ਜੋ ਹੈ ਬ੍ਰੇਕ ਹੋਈ ਹੈ। ਸੈਕਿੰਡ ਕੇਸ ਮੇ ਹਮਨੇ ਇੱਕ ਡਰੱਗ ਸਟੋਰ ਰਨ ਕਰਨੇ ਕੇ ਲਈ ਕਿਸੀ ਕਾ ਲਾਇਸੈਂਸ ਲੈ ਕੇ ਅਮਰਿੰਦਰ ਸਿੰਘ ਏਲੀਅਸ ਕਾਲਾ ਨਾਮ ਕਾ ਦੋਸ਼ੀ ਥਾ ਜੋ ਗਿਆਸਪੁਰਾ ਏਰੀਆ ਮੇ ਡਰੱਗ ਸਟੋਰ ਰਨ ਕਰ ਰਹਾ ਥਾ। ਉਸ ਡਰੱਗ ਸਟੋਰ ਕੇ ਉੱਪਰ ਵੋ ਸਾਈਕੋਟ੍ਰੋਪਿਕ ਸਬਸਟਾਂਸਿਸ ਵੀ ਵੇਚ ਰਹਾ ਥਾ ਔਰ ਇਸਕੇ ਇਲਾਵਾ ਇਸਨੇ ਹੈਰੋਇਨ ਕੇ ਇੰਜੈਕਸ਼ਨਸ ਬਣਾ ਕੇ ਰੱਖੇ ਹੋਏ ਥੇ ਜੋ ਕਿ ਕਸਟਮਰ ਆਤੇ ਥੇ ਇਸਕੇ ਪਿੱਛੇ ਇੱਕ ਰੂਮ ਬਣਾ ਰੱਖਾ ਥਾ ਇਸਨੇ ਆਪਣੇ ਡਰੱਗ ਸਟੋਰ ਕੇ ਔਰ ਉਸ ਰੂਮ ਮੇ ਯੇ ਇੰਜੈਕਸ਼ਨਸ ਐਡਮਿਨਿਸਟਰ ਕਰਕੇ ਔਰ ਉਸੇ 500 ਸੇ 700 ਰੁਪਏ ਲੈ ਕੇ ਵੇਚਤਾ ਥਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।